ਹਾਂਜੀ ਜਿਆਨੂ ਜੀ ਸਤਿ ਸ੍ਰੀ ਅਕਾਲ ਜੀ ਤੇ ਸਮਾਂ ਬਹੁਤ ਥੋੜਾ ਤੇ ਉਮੀਦ ਕਰਦੇ ਆਂ ਤੇ ਆਹ ਤਿਆਰੀ ਚੰਗੀ ਹੁਣ ਤੱਕ ਹੋਈ ਹੋਵੇਗੀ ਤੇ ਸਾਰਿਆਂ ਦੀ ਦੁਆਵਾਂ ਵੀ ਨੇ ਕਿ ਵਧੀਆ ਤੁਹਾਡਾ ਇਮਤਿਹਾਨ ਹੋਵੇ ਪਰ ਨਾਲ ਦੀ ਨਾਲ ਅੱਜ ਇੱਕ ਤੁਹਾਡੇ ਨਾਲ ਭਾਰਤੀ ਸੰਵਿਧਾਨ ਨੂੰ ਲੈ ਕੇ ਜਿੰਨੇ ਵੀ ਤੁਹਾਡੀਆਂ ਉਲਝਨਾ ਸੀ ਜਾਂ ਕਿਤੇ ਆਪਣੀ ਮਨਾਈ ਵੀਡੀਓ ਦੇ ਵਿੱਚ ਤੁਹਾਨੂੰ ਲੱਗਿਆ ਹੋਵੇ ਕਿ ਇੱਥੇ ਜੀ ਇਸ ਤਰ੍ਹਾਂ ਨਹੀਂ ਸੀ ਸਵਾਲ ਦਾ ਜਵਾਬ ਹੋਣਾ ਚਾਹੀਦਾ ਸਾਰਿਆਂ ਸਵਾਲਾਂ ਦਾ ਹੱਲ ਤੁਹਾਡਾ ਤੁਹਾਨੂੰ ਦੇ ਰਹੇ ਆਂ ਅਸੀਂ ਪੀਡੀਐਫ ਫਾਈਲ ਜਿਹੜੀ ਕਿ ਭਾਰਤ ਸਰਕਾਰ ਦੀ ਆਫੀਸ਼ੀਅਲੀ ਵੈਬਸਾਈਟ ਤੋਂ ਡਾਊਨਲੋਡ ਕੀਤੀ ਗਈ ਹੈ ਤੁਸੀਂ ਉੱਥੋਂ ਕਰ ਵੀ ਸਕਦੇ ਹੋ ਜਾਂ ਆਪਾਂ ਲਿੰਕ ਦੇ ਦੇਾਂਗੇ ਅ ਪਹਿਲੇ ਕਮੈਂਟ ਦੇ ਵਿੱਚ ਤੁਹਾਨੂੰ ਤੁਸੀਂ ਸਕਰੀਨ ਦੇ ਉੱਪਰ ਦੇਖੋਗੇ ਵੀ ਤੇ ਜਿਹੜਾ ਸਾਡੇ ਕੋਲੇ 2020 ਤੱਕ ਤੇ ਉੱਥੇ ਇਹ ਪੀਡੀਐਫ ਫਾਈਲ ਦੇ ਤੌਰ ਤੇ ਤੁਹਾਨੂੰ ਮਿਲ ਸਕਦੀ ਹੈ ਤੇ ਆਪਾਂ ਤੁਹਾਨੂੰ ਲਿੰਕ ਦਵਾਂਗੇ ਤੁਸੀਂ ਉੱਥੋਂ ਡਾਊਨਲੋਡ ਹੁਣ ਪੀਡੀਐਫ ਨੂੰ ਦੇਖ ਕੇ ਘਬਰਾਉਣਾ ਨਹੀਂ ਕਿਉਂਕਿ ਪੀਡੀਐਫ ਫਾਈਲ ਤੇ ਵਿੱਚ ਤਾਂ ਪੂਰੇ ਦਾ ਪੂਰਾ ਭਾਰਤੀ ਸੰਵਿਧਾਨ ਬਾਰੇ ਡਿਟੇਲ ਚ ਦੱਸਿਆ ਗਿਆ ਜਿਹੜੇ ਯੂਜੀਸੀ ਨੈਟ ਦੀ ਤਿਆਰੀ ਮਤਲਬ ਕਰਨ ਵਾਲੀ ਵਿਦਿਆਰਥੀ ਨੇ ਉਹਨਾਂ ਕੋਲੇ ਟਾਈਮ ਹੈਗਾ ਤੇ ਉਹ ਇਹਨੂੰ ਡਾਊਨਲੋਡ ਕਰਕੇ ਉਦੋਂ ਤੱਕ ਵਿਦਿਆਇ ਦੇ ਵਿੱਚੋਂ ਆਪਣੇ ਜਿਹੜਾ ਪੋਲੀਟੀਕਲ ਵਾਲਾ ਪਾਰਟ ਪੋਲੀਟੀਕਲ ਵਾਲੇ ਸਟੂਡੈਂਟ ਨੇ ਉਹ ਤਿਆਰੀ ਰੱਖ ਸਕਦੇ ਆ ਕਰਕੇ ਹਾਂ ਹੁਣ ਜਿਹੜਾ ਕੋਈ ਜਿਵੇਂ ਮਾਸਟਰ ਕਲਾਸ ਦਾ ਇਮਤਿਹਾਨ ਹੋਣ ਜਾ ਰਿਹਾ ਉਹ ਸਿਰਫ ਤੇ ਸਿਰਫ ਜਿਹੜੀ ਇਹਦੇ ਮੇਨ ਮੇਨ ਪੁਆਇੰਟ ਨੇ ਅੱਗੇ ਦਿੱਤੇ ਹੋਇਆ ਸਿਰਫ ਉਹਨਾਂ ਤੇ ਗੌਰ ਕਰਿਓ ਜਾਦੇ ਵਿੱਚ ਨਹੀਂ ਜਾਣਾ ਸਿਰਫ ਇਹਨੂੰ 5-10 ਮਿੰਟ ਦਾ ਸਮਾਂ ਦਿਓ ਜਾਦੇ ਸਮਾਂ ਦੇ ਬੋਗੇ ਤਾਂ ਜ਼ਰੂਰ ਹੋ ਲਜੋਗੇ ਇਹ ਜ਼ਰੂਰ ਇਹ ਚੀਜ਼ ਨੂੰ ਵੀ ਧਿਆਨ ਚ ਰੱਖਣਾ ਐਵੇਂ ਕਾਲੀ ਨਹੀਂ ਕਰਨੀ ਠੀਕ ਹੈ ਜੀ ਉਹਨਾਂ ਦੇ ਵਿੱਚ ਦੱਸਿਆ ਕੀ ਗਿਆ ਹੈਗਾ ਪੂਰੇ ਦਾ ਪੂਰਾ ਤੁਸੀਂ ਦੇਖੋਗੇ ਕਿਉਂਕਿ ਇਹਨਾਂ ਨੇ ਪੂਰੀ ਡਿਟੇਲ ਦਿੱਤੀ ਗਈ ਆਪਣੇ ਵੱਲੋਂ ਜਿੰਨੇ ਪਾਰਟ ਨੇ ਆਪਣੇ ਪ੍ਰਸਤਾਵਨਾ ਤੋਂ ਲੈ ਕੇ ਆਰਟੀਕਲ ਨੇ ਨਾਲ ਦੀ ਨਾਲ ਆਰਟੀਕਲ ਨੰਬਰ ਠੀਕ ਹੈ ਜੀ ਪੂਰੇ ਦਾ ਪੂਰਾ ਤੁਸੀਂ ਦੇਖੋਗੇ 1 2 3 ਮਤਲਬ ਉਹਦੇ ਅੱਗੇ ਪਾਰਟ ਵੀ ਨੇ ਹਾਂ ਦਿੱਤੇ ਹੋਇਆ ਜਿਹੜਾ ਮਤਲਬ ਕਿਸੇ ਆਰਟੀਕਲ ਦੇ ਅੱਗੇ ਪਾਰਟ ਨੇ ਤਾਂ ਉਹਨਾਂ ਵਾਸਤੇ ਵੀ ਦਿੱਤਾ ਗਿਆ ਹ ਰਾਈਟ ਹੋ ਹੁਣ ਤੁਸੀਂ ਦੇਖ ਰਹੇ ਹੋਵੋਗੇ ਜਿਵੇਂ ਪਾਰਟ 3 ਆ ਫੰਡਾਮੈਂਟਲ ਰਾਈਟਸ ਆਗੇ ਸਾਡੇ ਕੋਲੇ ਪਹਿਲਾਂ ਜਿਹੜਾ 12 ਆਰਟੀਕਲ ਤੇ 13 ਦਾ ਸਾਡੇ ਕੋਲੇ ਠੀਕ ਹੈ ਉਹਦੇ ਬਾਰੇ ਦੱਸਿਆ ਫਿਰ 14 ਤੋਂ ਸਟਾਰਟ ਹੋ ਜਾਂਦੇ ਨੇ ਰਾਈਟ ਇਕੁਐਲਿਟੀ ਪੂਰੇ ਦਾ ਪੂਰਾ ਤੁਸੀਂ ਸਕਰੀਨ ਤੇ ਵੀ ਦੇਖ ਰਹੇ ਹੋਵੋਗੇ ਠੀਕ ਹੈ ਨਾ ਇਹਦੇ ਵਿੱਚ ਪਹਿਲਾਂ ਤਾਂ ਇੱਥੇ ਮੈਂ ਦਿੱਤਾ ਸਿਰਫ ਮੇਨ ਪੁਆਇੰਟ ਦਿੱਤੇ ਨੇ ਇਹਨੂੰ ਬਸ ਸਿਰਫ ਤੁਸੀਂ ਇੰਨਾ ਹੀ ਦੇਖਣਾ ਕਿਉਂਕਿ ਵਿੱਚ ਜਦੋਂ ਤੁਸੀਂ ਇੰ ਜਾ ਕੇ ਅੱਗੇ ਪੜੋਗੇ ਤਾਂ ਉਲਝ ਜੋਗੇ ਕਿਉਂਕਿ ਉਹ ਡਿਟੇਲ ਚ ਡੀਪਲੀ ਕਰਵਾਇਆ ਹੋਇਆ ਆਪਾਂ ਉੱਥੇ ਤੱਕ ਨਹੀਂ ਜਾਣਾ ਫਿਲਹਾਲ ਕਿਉਂਕਿ ਅੱਜ ਦੀ ਗੱਲ ਕਰਦੇ ਹਾਂ ਜੇ ਇੱਕ ਦਿਨ ਪਹਿਲਾਂ ਦੀ ਗੱਲ ਕਰੀਏ ਮੈਂ ਇਥੇ ਹਣ ਤੋਂ ਤਾਂ ਜੇ ਇਮਤਿਹਾਨ ਦੇ ਵਿੱਚ ਜਿਹੜੇ ਇਮਤਿਹਾਨ ਹੋਣੇ ਨੇ ਜਾਂ UGC NET ਦੀ ਜਿਵੇਂ ਗੱਲ ਪਹਿਲਾਂ ਆਪਾਂ ਕੀਤੀ ਆ ਉਹਨਾਂ ਲਈ ਸਮਾਂ ਬਹੁਤ ਪਿਆਉ ਕਰ ਸਕਦੇ ਆ ਡੀਪਲੀ ਤਿਆਰੀ ਜਿਵੇਂ ਆਲੀ ਕੁਟ 21 A Right to Education ਠੀਕ ਹੈ ਨਾ ਜੀ ਸਾਰੇ ਦਾ ਸਾਰਾ ਇਹਦੇ ਵਿੱਚ ਹੁਣ ਇਹ ਸਵਾਲ ਵੀ ਇੱਥੇ ਕਈ ਆਇਆ ਮੇਰੇ ਕੋਲੇ ਪਹਿਲਾਂ ਤੋਂ ਵੀ ਲੈ ਕੇ ਆਪਣੇ ਮਨ ਦੇ ਵਿੱਚ ਵੀ ਉਲਝਣਾ ਕਿ ਜੀ ਆਪਾਂ ਗੱਲ ਕਰੀਏ ਕਿ ਟੋਟਲ ਜਿਹੜਾ ਆਰਟੀਕਲ ਨੂੰ ਲੈ ਕੇ ਆ ਜੀ ਕਿੰਨੇ ਨੇ ਸਾਡੇ ਕੋਲੇ ਜਿਹੜਾ ਹੁਣ ਸੰਵਿਧਾਨ ਸਾਡੇ ਕੋਲੇ ਹੈ ਤਾਂ ਕਿਉਂਕਿ ਜਿਹੜੇ ਉਹਦੇ ਸਬ ਪਾਰਟ ਨੇ ਸਬ ਪਾਰਟ ਅਲੱਗ ਨੇ ਤੁਸੀਂ ਨਾਲ ਦੀ ਨਾਲ ਇਹਨੂੰ ਪੂਰੇ ਦੇ ਪੂਰੀ ਜਿਵੇਂ ਜਿਵੇਂ ਪੜ ਸਕਦੇ ਹੋ ਜਿੰਨਾਂ ਸਿਰਫ ਤੇ ਸਿਰਫ ਸੁਣ ਕੇ ਆਪਾਂ 5-10 ਮਿੰਟ ਦੇ ਵਿੱਚ ਕਿਉਂਕਿ ਜਿਹੜਾ ਇਸ ਦੇ ਵਿੱਚ ਇਸ ਸਾਡੇ ਕੋਲੇ ਪੀਡੀਐਫ ਫਾਈਲ ਦੇ ਵਿੱਚ ਦਿੱਤਾ ਗਿਆ ਵੇਰਵਾ ਮਿਲਦਾ ਆਪਾਂ ਉਹਦੇ ਮਤਲਬ ਗੱਲ ਕਰ ਸਕਦੇ ਹਾਂ ਕਿਉਂਕਿ ਹੁਣ ਜਿਹੜੇ ਆ ਸਬ ਪਾਰਟ ਦਿੱਤੇ ਹੋਇਆ ਇਹ ਇਹ ਵੱਖਰੇ ਨਹੀਂ ਠੀਕ ਹੈ ਜੀ ਇਸ ਕਰਕੇ ਕਈ ਕਾਊਂਟ ਕਰ ਲਏ ਜਾਂਦੇ ਨੇ ਪਰ ਜੋ ਆਪਾਂ ਦੇਖਣਾ ਮੌਕੇ ਤੇ ਜਿਹੜੀ ਸਾਡੇ ਕੋਲੇ ਉਹਨਾਂ ਨੇ ਚੁਆਇਸ ਦਿੱਤੀ ਗਈ ਹੈ ਉਹ ਚੁਆਇਸ ਦੇ ਵਿੱਚ ਕਿਸ ਤਰੀਕੇ ਨਾਲ ਚੁਆਇਸ ਦਿੱਤੀ ਆ ਵੈਸੇ ਉਹ ਨਾਲ ਲਿਉਂਦੇ ਤਾਂ ਨਹੀਂ ਹੈਗੇ ਪਰ ਫਿਰ ਵੀ ਤੁਸੀਂ ਤਿਆਰੀ ਆਪਣੀ ਸਾਰੇ ਤਰੀਕਿਆਂ ਨਾਲ ਰੱਖਣੀ ਆ ਆਪਣੇ ਮਾਈਂਡ ਸੈਟ ਨੂੰ ਸਭ ਸਹੀ ਤਰੀਕੇ ਨਾਲ ਬਣਾ ਕੇ ਰੱਖਣਾਗਾ ਕਿਉਂਕਿ ਜਿਹੜੀ ਆਪਣੇ ਕੋਲੇ ਇਹਦੇ ਵਿੱਚ ਆਫੀਸ਼ੀਅਲੀ ਜਿਹੜਾ ਵੈਬਸਾਈਟ ਤੋਂ ਡਾਊਨਲੋਡ ਕੀਤਾ ਇਹਦੇ ਵਿੱਚ ਸਾਡੇ ਕੋਲੇ ਜਿਹੜਾ ਮਿਲ ਰਿਹਾ ਲਾਸਟ ਤੱਕ ਤੇ ਹਾਂਜੀ ਆਪਣੇ ਕੋਲੇ ਉਹ 395 ਮਿਲ ਰਿਹਾ ਹੈ ਠੀਕ ਹੈ ਜੀ ਉਹ 395 ਹੀ ਮਿਲ ਰਹੇ ਨੇ ਹਾਂ ਵੱਖਰੇ ਆ ਕਿ ਜਿਹੜੇ ਉਹ 파ਟ ਨੇ ਸਬ 파ਟ ਨੇ ਠੀਕ ਹੈ ਜੀ ਤੁਸੀਂ ਸਕਰੀਨ ਤੇ ਵੀ ਦੇਖ ਰਹੇ ਹੋ ਮੈਂ ਇਹ ਪੀਡੀਐਫ ਤੁਹਾਡੇ ਨੂੰ ਜਰੂਰ ਤੁਹਾਡੇ ਤੱਕ ਪਹੁੰਚਦੀ ਕਰਾਂਗਾ ਫਿਰ ਉਸ ਤੋਂ ਬਾਅਦ ਸੂਚੀਆਂ ਦੀ ਡਿਟੇਲ ਦਿੱਤੀ ਗਈ ਆ ਬਸ ਪੂਰੇ ਦਾ ਪੂਰਾ ਸਵਿਧਾਨ ਹੈ ਦੇ ਵਿੱਚ ਕਹਿਣ ਤੋਂ ਮਤਲਬ ਤੇ ਆ ਦੇਖ ਵੀ ਸਕਦੇ ਹੋ ਤੁਸੀਂ ਠੀਕ ਹੈ ਜੀ 12 ਨ ਸੂਚੀਆਂ ਦੀਆਂ ਨੇ ਸਾਡੇ ਕੋਲੇ ਤੇ ਉਸ ਤੋਂ ਬਾਅਦ ਸਾਡੇ ਕੋਲੇ ਜੋ ਵੀ ਐਮੈਂਡਮੈਂਟ ਹੋਇਆ ਜਿਹੜੇ ਵਿੱਚ ਮੁਕਸ਼ਮੀਰ ਵਾਲਾ ਆਰਡਰ ਸਾਡੇ ਕੋਲੇ ਠੀਕ ਹੈ ਤੇ ਹੋਰ ਇਸ ਵਾਰ ਬਾਰਾ ਜ਼ਰੂਰ ਧਿਆਨ ਚ ਰੱਖਿਓ ਨਾ ਹੁਣ ਮੁਸ਼ਕਲਾ ਕੀ ਸਾਇਦ ਕੋਈ ਵੀਡੀਓ ਬਣ ਸਕੇ ਪਰ ਫਿਰ ਵੀ ਆਪਾਂ ਇਸ ਵੀਡੀਓ ਦੇ ਰਾਹੀਂ ਤੁਹਾਡੇ ਲਈ ਬੈਸਟ ਵਿਸੀ ਦਿੰਨੇ ਆ ਕਿ ਤੁਹਾਡਾ ਇਮਤਿਹਾਨ ਚੰਗਾ ਹੋਵੇ ਤੇ ਇਹ ਜ਼ਰੂਰ ਤੁਸੀਂ ਸੰਭਾਲ ਲਿਓ ਹੁਣ ਕੋਈ ਗਲਤੀ ਦੀ ਗੁੰਜਾਇਸ ਨਹੀਂ ਰਹਿਣੀ ਚਾਹੀਦੀ ਤੇ ਬਾਅਦ ਦੇ ਵਿੱਚ ਕੋਈ ਇਤਰਾਜ਼ ਨਾ ਮਨ ਦੇ ਵਿੱਚ ਰਹਿ ਜਾਏ ਕੋਈ ਇਸ ਕਰਕੇ ਪੀਡੀਐਫ ਤੁਹਾਡੇ ਤੱਕ ਪਹੁੰਚਦੀ ਮੇਰੇ ਕੋਲੇ ਵੀ ਕੱਲ ਹੀ ਆਈ ਆਈ ਪੀਡੀਐਫ ਫਾਈਲ ਤੇ ਰਾਤ ਤੇ ਸੋਚਿਆ ਕਿ ਅੱਜ ਤੁਹਾਡੇ ਨਾਲ ਸਾਂਝੀ ਕਰ ਲਈਏ হাসিমানধি ਰਹੋ ترقیবানੋ বহুত جلد ملਾਂਗੇ پھر ਤੁਹਾਡੇ امتحان ਤੋਂ ਬਾਅਦ ਹੋ ਸਕਿਆ ਤਾਂ ਸ਼ਾਇਦ ਪਹਿਲਾਂ ਇੱਕ ਵੀਡੀਓ ਨਹੀਂ امتحان ਤੋਂ ਬਾਅਦ ਜਰੂਰ ਮਿਲਾਂਗੇ ਤੇ ਮਿਹਨਤ ਕਰਦੇ ਰਹੋ ترقیਬਾਨੋ